ਸਰ ਇੱਕ ਮੁੰਡਾ 2-2.5 ਸਾਲ ਤੋਂ ਰਹਿ ਰਿਹਾ ਮੇਰੇ ਨਾਲ ਹੀ ਵਿਆਹ ਦਾ ਚਾਂਸਾ ਦੇ ਕੇ ਤੇ ਜਦੋਂ ਪਹਿਲਾਂ ਗੱਲ ਹੋਈ ਉਹਨੂੰ ਮੈਂ ਸਾਰਾ ਕੁਝ ਦੱਸਤਾ ਸੀ ਕਿ ਮੇਰੀ ਮੈਰਿਜ ਹੋਈ ਆ ਦੱਸਣ ਤੋਂ ਬਾਅਦ ਵੀ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਉਸ ਤੋਂ ਬਾਅਦ ਉਹ ਡਿਵੋਰਸ ਲਈ ਜ਼ੋਰ ਪ੍ਰੈਸ਼ਰ ਪਾਉਣ ਲੱਗਿਆ ਮੇਰੇ ਤੇ ਮੈਂ ਆਪਣੇ ਹਸਬੈਂਡ ਤੋਂ ਡਿਵੋਰਸ ਲੈ ਲਿਆ ਜੀ ਹਸਬੈਂਡ ਨਾਲ ਮੇਰਾ ਪਹਿਲਾਂ ਹੀ 10 ਸਾਲ ਤੋਂ ਕੁਝ ਨਹੀਂ ਸੀਗਾ ਮਤਲਬ ਇੱਕ ਰਹਿ ਰਹੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਮੈਂ ਡਿਵੋਰਸ ਲਿੱਤਾ ਡਿਵੋਰਸ ਤੋਂ ਬਾਅਦ ਮੈਂ ਹੁੰਦੇ ਨੂੰ ਕਹਿਣ ਲੱਗੀ ਵੀ ਮੇਰੇ ਨਾਲ ਵਿਆਹ ਕਰਾ ਲੈ ਵਿਆਹ ਕਰਾ ਲੈ ਵਿਆਹ ਤੋਂ ਬਾਅਦ ਉਹ ਇੱਕ ਮਤਲਬ ਮੈਨੂੰ ਇਗਨੋਰ ਕਰਦਾ ਰਹਿੰਦਾ ਸੀਗਾ ਭੱਜ ਗਿਆ ਜੀ ਲਿਖਾਉਂਦਾ ਲਿਖਾਉਂਦਾ ਇਹ ਉਹ ਹੈ ਜੀ ਮੇਰੀ ਮੈਰਿਜ ਹੋਈ ਆ ਦੱਸਣ ਤੋਂ ਬਾਅਦ ਵੀ ਉਹ ਕਹਿੰਦਾ ਕੋਈ ਗੱਲ ਨੀ ਵੀ ਮੈਨੂੰ ਕੋਈ ਇਤਰਾਜ਼ ਨੀ ਹੈਗਾ ਉਸ ਤੋਂ ਬਾਅਦ ਉਹ ਡਿਵੋਰਸ ਲਈ ਜ਼ੋਰ ਪ੍ਰੈਸ਼ਰ ਪਾਉਣ ਲੱਗਿਆ ਮੇਰੇ ਤੇ ਮੈਂ ਆਪਣੇ ਹਸਬੈਂਡ ਤੋਂ ਡਿਵੋਰਸ ਲੈ ਲਿਆ ਜੀ ਹਸਬੈਂਡ ਨਾਲ ਮੇਰਾ ਪਹਿਲਾਂ ਹੀ 10 ਸਾਲ ਤੋਂ ਕੁਝ ਨਹੀਂ ਸੀਗਾ ਮਤਲਬ ਇੱਕ ਰਹਿ ਰਹੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਮੈਂ ਡਿਵੋਰਸ ਲਿੱਤਾ ਡਿਵੋਰਸ ਤੋਂ ਬਾਅਦ ਮੈਂ ਹੁੰਦੇ ਨੂੰ ਕਹਿਣ ਲੱਗੀ ਵੀ ਮੇਰੇ ਨਾਲ ਵਿਆਹ ਕਰਾ ਲੈ ਵਿਆਹ ਕਰਾ ਲੈ ਵਿਆਹ ਤੋਂ ਬਾਅਦ ਉਹ ਇੱਕ ਮਤਲਬ ਮੈਨੂੰ ਇਗਨੋਰ ਕਰਦਾ ਰਹਿੰਦਾ ਸੀਗਾ ਥੋੜ੍ਹੇ ਜਿਹੇ ਟਾਈਮ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਉਹਦੀ ਇੰਗੇਜਮੈਂਟ ਹੋ ਚੁੱਕੀ ਸੀਗੀ ਤੇ ਉਹਦੇ ਲਵ ਮੈਰਿਜ ਸੀਗੀ ਕੋਈ ਤੇ ਜਦੋਂ ਮੈਨੂੰ ਪਤਾ ਲੱਗਿਆ ਸਰ ਮੈਨੂੰ ਪੁੱਛਿਆ ਉਹਨਾਂ ਨੂੰ ਤੇ ਮੇਰੇ ਕੋਲ ਮੁੱਕਰ ਗਿਆ ਉਸ ਤੋਂ ਬਾਅਦ ਉਹ ਚੀਜ਼ ਮੈਨੂੰ ਪੈਸੇ ਪੂਸੇ ਲਿੱਤੇ ਨੇ ਮੇਰੇ ਤੋਂ ਪਹਿਲਾਂ ਫੋਨ ਮੰਗਿਆ ਆਈਫੋਨ ਮੰਗਿਆ ਉਹ ਵੀ ਦਿੱਤਾ ਹੀ ਮੈਂ ਫਿਰ ਦੁਬਾਰਾ ਕਹਿੰਦਾ ਖੋ ਗਿਆ ਦੁਬਾਰਾ ਫਿਰ ਇਹਨੇ ਆਈਫੋਨ ਲਿੱਤਾ ਸਰ ਉਸ ਆਈਫੋਨ ਤੋਂ ਬਾਅਦ ਫਿਰ ਇਹਨੇ ਮੈਨੂੰ ਮਤਲਬ ਥੋੜੇ ਦਿਨ ਲਈ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ ਮੈਨੂੰ ਆਪ ਆਪਣੇ ਗਹਿਣੇ ਧਰ ਕੇ ਪੈਸੇ ਲਿਆ ਕੇ ਦਿੱਤੇ ਸਰ ਉਹ ਵੀ ਲੈਣ ਤੋਂ ਬਾਅਦ ਮੈਨੂੰ ਕਹਿੰਦਾ ਮੈਨੂੰ ਕੰਮ ਲਈ ਚਾਹੀਦੇ ਨੇ ਉਸ ਤੋਂ ਬਾਅਦ ਇਹ ਮਤਲਬ ਆਫਿਸ ਗਿਆ ਜੀ ਵਾਪਸ ਨਹੀਂ ਆਇਆ ਮੈਂ ਫੋਨ ਕਰਦੀ ਰਹੀ ਮਤਲਬ ਇਹਨੇ ਫੋਨ ਬੰਦ ਕਰ ਲਏ ਜੀ ਮੈਂ ਇਹਨਾਂ ਦੇ ਘਰੇ ਗਈ ਇਹਦੀ ਮੰਮੀ ਮੈਨੂੰ ਪਹਿਲਾਂ ਫੋਨ ਦਿੱਤਾ ਮਕਾਉਂਦੀ ਰਹੀ ਜੀ ਕੋਈ ਰਾਹ ਨਹੀਂ ਦਿੱਤਾ ਇਹਨਾਂ ਨੇ ਜਦੋਂ ਫਿਰ ਮੈਂ ਫਾਜ਼ਿਲਕਾ ਜਾ ਕੇ ਦਰਖਾਸਤ ਦਿੱਤੀ ਇਹਨਾਂ ਦੇ ਪਿੰਡ ਉੱਥੇ ਜਾ ਕੇ ਦਰਖਾਸਤ ਦਿੱਤੀ ਤਾਂ ਸਾਹਮਣੇ ਲੈ ਕੇ ਪਹਿਲਾਂ ਦੀ ਮਾਂ ਕਹਿੰਦੀ ਸਾਡੇ ਕੋਲ ਤਾਂ ਆਇਆ ਨਹੀਂ ਸਾਡਾ ਮੁੰਡਾ ਕਿੱਥੇ ਗਿਆ ਤੇ ਅਸੀਂ ਤੇਰੇ ਗੱਲ ਪਾਵਾਂਗੇ ਜੇ ਕੁਛ ਹੋ ਗਿਆ ਇਹਨੂੰ ਯੇ ਵੋ ਮਤਲਬ ਡੇਲੀ ਕਹਿ ਦਿੰਦੀ ਸੀ ਅਸੀਂ ਇੱਥੇ ਆ ਗਏ ਦਰਖਾਸਤ ਦਿੰਦੇ ਹਾਂ ਯੇ ਵੋ ਫਾਜ਼ਿਲਕਾ ਜਦੋਂ ਦਰਖਾਸਤ ਦਿੱਤੀ ਸਰ ਉੱਥੇ ਜਾ ਕੇ ਇਹਨਾਂ ਨੇ ਪੇਸ਼ ਕੀਤਾ ਫਾਜ਼ਿਲਕਾ ਪੁਲਿਸ ਨੇ ਤੇ ਮੈਨੂੰ ਉਹ ਕਹਿੰਦੇ ਵੀ ਇੱਥੇ ਨਿਬੇੜ ਲਾ ਮੇਰਾ ਤੇਰਾ ਮੈਟਰ ਆ ਪੈਸੇ ਪੂਸੇ ਅਸੀਂ ਨਿਬੇੜ ਦਿੰਦੇ ਹਾਂ ਮੈਂ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਵੀ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਮੇਰੇ ਨਾਲ ਵਿਆਹ ਕਰਾਵੇ ਉਹ ਕਹਿੰਦੇ ਫਿਰ ਤੈਨੂੰ ਇੱਥੇ ਆਉਣਾ ਪੈਣਾ ਮੈਂ ਕਿਹਾ ਨਹੀਂ ਸਰ ਮੈਂ ਨਹੀਂ ਆਉਣਾ ਗਾ ਇੱਥੇ ਫਿਰ ਇੱਥੇ ਆ ਕੇ ਮੈਂ ਐਸਐਸਬੀ ਦੇ ਦਫ਼ਤਰ 'ਚ ਦਰਖਾਸਤ ਲਾਈ ਐਪਲੀਕੇਸ਼ਨ ਦੀ ਉਹਨਾਂ ਨੇ ਬੂਮਾ ਸੈਲ ਨੂੰ ਦਿੱਤੀ ਜੀ ਬੂਮਾ ਸੈਲ ਮੈਡਮ ਜਿਹੜੀ ਸੀ ਆਈ ਜੀ ਉਹਨਾਂ ਦਾ ਮੇਰੇ ਲਈ ਬਿਹੇਵੀਅਰ ਸਹੀ ਨਹੀਂ ਸੀਗਾ ਸਰ ਜਦੋਂ ਵੀ ਮੈਂ ਜਾਂਦੀ ਉਹ ਕੁਛ ਨਾ ਕੁਛ ਮਤਲਬ ਕਹਿੰਦੀ ਰਹਿੰਦੀ ਮੈਂ ਤੇਰੇ ਖਿਲਾਫ਼ ਵੀ ਕਰ ਸਕਦੀ ਹਾਂ ਇਹ ਉਹ ਮਤਲਬ ਇੱਦਾਂ ਬੋਲਦੀ ਰਹਿੰਦੀ ਸੀਗੀ ਜੀ ਉਹ ਜਦੋਂ ਬੁਲਾਉਂਦੇ ਸੀਗੇ ਉਹ ਆਪਣੀ ਮਰਜ਼ੀ ਨਾਲ ਆਉਂਦੇ ਸੀਗੇ ਸਰ ਉਹ ਮੁੰਡੇ ਵਾਲੇ ਉਹ ਆਉਂਦੇ ਨਹੀਂ ਸੀਗੇ ਕਈ ਵਾਰ ਤਾਂ ਕਾਫੀ ਤਰੀਕਾਂ ਤੇ ਆਏ ਹੀ ਨਹੀਂ ਉਹ ਆਪਣੀ ਮਰਜ਼ੀ ਨਾਲ 2 ਵਾਰੀ ਆਏ ਨੇ 2 ਵਾਰੀ ਮੈਡਮ ਨੇ ਉਹਨਾਂ ਨੂੰ ਆਪਣੀ ਵਿਆਹ ਬਾਰੇ ਕਿਹਾ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਪਰ ਐਂਡ ਦੇ ਆ ਕੇ ਮੁੰਡਾ ਕਹਿੰਦਾ ਮੇਰੇ ਤੇ ਪਰਚਾ ਕਰ ਦੋ ਮੈਡਮ ਸਰ ਮੈਂ ਇੱਥੇ ਪੇਸ਼ੈਂਟ ਕੇਅਰ ਦਾ ਕਰਦੀ ਸੀਗੀ ਜੀ ਆਪਣੇ ਤੇ ਜਿੱਥੇ ਮੈਂ ਰਹਿੰਦੀ ਸੀ ਪੀਜੀ ਚ ਉੱਥੇ ਦਾ ਯਾਰ ਦੋਸਤ ਰਹਿੰਦਾ ਸੀਗਾ ਉਹ ਦਰਖਾਸਤ ਦੇ ਵਿੱਚ ਵੀ ਆ ਜੀ ਹਾਂਜੀ ਆਪਣੇ ਇੱਥੇ ਮੋਹਾਲੀ ਬਲੋਂਗੀ ਦੀ ਜੀ ਤੇ ਉੱਥੇ ਸਰ ਆਉਂਦਾ ਜਾਂਦਾ ਸੀਗਾ ਇਹ ਆਉਂਦੇ ਜਾਂਦੇ ਬਸ ਉੱਥੇ ਮੁਲਾਕਾਤ ਇਹ ਮੇਰੇ ਪਿੱਛੇ ਪਿਆ ਰਿਹਾ ਕਾਫੀ ਟਾਈਮ ਤੋਂ ਵੀ ਮੇਰੇ ਨਾਲ ਗੱਲ ਕਰ ਲਿਆ 3-4 ਮਹੀਨੇ ਤਾਂ ਮੈਂ ਇਗਨੋਰ ਕਰਦੀ ਰਹੀ ਸਰ ਇਹ ਨਾ ਮਤਲਬ ਦਾਰੂ ਪੀ ਕੇ ਉੱਪਰ ਖੜ ਜਾਂਦਾ ਸੀ ਪੀਜੀ ਦੇ ਕਿ ਮੈਂ ਸੁਸਾਈਡ ਕਰ ਲੂੰਗਾ ਮੇਰੇ ਨਾਲ ਗੱਲ ਕਰ ਚਲੋ ਹੁੰਦੀ ਉਹ ਨਹੀਂ ਸਾਡੀ ਚਲੋ ਹੋ ਗਈ ਸਰ ਉਸ ਤੋਂ ਬਾਅਦ ਇਹ ਸਭ ਕੁਝ ਕਰਨ ਲੱਗਿਆ ਜੀ ਰਹਿਣ ਵਾਲਾ ਫਾਈਲ ਕਾ ਦੱਸ ਕੰਮ ਕਰ ਸਰ ਜੀ ਇਹ ਆਪਣੇ ਇੱਥੇ ਕਾਲ ਸੈਂਟਰ 'ਚ ਲੱਗਾ ਹੋਇਆ ਸੀਗਾ ਸਰ ਉਹ ਵੀ ਮੈਂ ਹੀ ਕੀਤੀ ਸੀਗੀ ਜਾ ਕੇ ਕਿ ਹਨਾ ਮੈਨੂੰ ਇਹ ਕਹਿੰਦੇ ਨੇ ਵੀ ਮੁੰਡਾ ਮੈਂ ਮੇਰਾ ਫੋਨ ਫਾਨ ਲੈ ਕੇ ਆ ਗਿਆ ਜੋ ਵੀ ਸੀਗਾ ਤੇ ਫਿਰ ਉਹਨਾਂ ਨੇ ਪੇਸ਼ ਕਰਾਇਆ ਸੀ ਇਹ ਨਹੀਂ ਤਾਂ ਮੰਮੀ ਮੈਨੂੰ ਧਮਕੀਆਂ ਮਾਰ ਵੀ ਰਹਿੰਦੀ ਸਰ ਕਿ ਸਾਡਾ ਮੁੰਡਾ ਕਿੱਥੇ ਗਿਆ ਅਸੀਂ ਤੇਰੇ ਗੱਲ ਪਾਵਾਂਗੇ ਮਰ ਗਿਆ ਐਵੇਂ ਕਹਿੰਦੀ ਰਹਿੰਦੀ ਸਰ ਹਾਂਜੀ ਗਈਆਂ ਹਾਂਜੀ ਉਹਦੀ ਫੈਮਿਲੀ ਨੂੰ ਸਭ ਕੁਝ ਪਤਾ ਹੀ ਸਾਡੇ ਬਾਰੇ ਜਦੋਂ ਸਰ ਮੈਂ ਪੈਸੇ ਦਿੰਦੀ ਸੀ ਮੇਰੀ ਜਿਹੜੀ ਸੇਵਿੰਗ ਸੀਗੀ ਸਾਰੀ ਖਤਮ ਹੋ ਗਈ ਹੁਣ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਹਾਂ ਤੁਹਾਨੂੰ ਕੁਝ ਮਿਲ ਨਹੀਂ ਰਿਹਾ ਐਕਚੁਅਲੀ ਨਾ ਸਰ ਉਹਦੀ ਅਗੇਜਮੈਂਟ ਹੋਈ ਸੀ ਬਾਹਰਲੀ ਕੁੜੀ ਸੀ ਕੋਈ ਕੈਨੇਡਾ ਦੀ ਉਹਦੇ ਚੱਕਰ 'ਚ ਹੋ ਰਿਹਾ ਸਭ ਕੁਝ ਇਹ ਸਰ 2.5 ਸਾਲ ਹੋ ਗਏ ਸੀ ਸਾਨੂੰ 2-2.5 ਸਾਲ ਤਾਂ ਹੋ ਗਏ ਜੀ ਨਹੀਂ ਨਾਲ ਇਕੱਠੇ ਰਹਿੰਦੇ ਸੀਗੇ ਜੀ ਹਾਂਜੀ ਖਤਮ ਹੋ ਗਿਆ ਸਭ ਕੁਛ ਹੁਣ ਵੀ ਸਰ ਮੈਨੂੰ ਨੀ ਪਤਾ ਕੀ ਕਰ ਰਹੇ ਨੇ ਕੀ ਨਹੀਂ ਪਤਾ ਨੀ ਉਹਦੇ ਚੱਕਰ ਚ ਮੇਰੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਮੈਨੂੰ ਤਾਂ ਦੁੱਖ ਦਿੱਤਾ ਗਿਆ ਨਾ ਸਰ ਮੇਰਾ ਡਿਵੋਰਸ ਤੱਕ ਕਰਵਾਤਾ ਇਸ ਬੰਦੇ ਨੇ ਜਿੰਦਗੀ ਖਰਾਬ ਸਰ ਮੈਂ ਕਿੱਧਰ ਜਾਵਾਂ ਜੀ ਨਾ ਤਾਂ ਮੰਮੀ ਡੈਡੀ ਤਾਂ ਮੇਰੇ ਹੈ ਨੀ ਗਈ
ਸਹੁਰੇ ਵੱਲੋਂ ਮੈਂ ਵੈਸੇ ਹੀ ਚਲੇ ਗਈ ਸਰ, ਬੱਚੇ ਬੁੱਚੇ ਸਭ ਕੁਛ ਇਹਦੇ ਕਰਕੇ ਖਤਮ ਹੋ ਗਿਆ ਹੁਣ। ਬਾਹਰ ਚੱਲ ਦੇ ਲਾਈਟ ਨੀ ਹੈਗੀ, ਤੇ ਮੈਂ ਕਿਹਾ ਠੀਕ ਆ, ਮੈਂ ਕਿਹਾ ਬਾਹਰ ਬਹਿ ਕੇ ਗੱਲ ਕਰਦੇ ਇਹਨਾਂ ਨੂੰ ਰੂਮ ਬੁੱਕ ਕਰਾ ਦੇਣਾ, ਇਹਨੂੰ ਦੂਜੇ ਮੁੰਡੇ ਨੂੰ ਰੂਮ ਬੁੱਕ ਕਰਾ ਦਾ ਜੀ। ਇਹ ਚੱਲ ਅਸੀਂ ਬਾਹਰ ਘੁੰਮਣ ਘੁੰਮਣ ਗਏ, ਮੈਂ ਕਿਹਾ ਉੱਥੇ ਬਾਹਰ ਬਹਿ ਕੇ ਅਸੀਂ ਗੱਲ ਕਰੀ ਦਿੰਦੇ, ਕਹਿੰਦਾ ਨਹੀਂ ਚੱਲ ਮੇਰੀ, ਮੈਨੂੰ ਤਾਂ ਉਹਦਾ ਡਰ ਲੱਗ ਗਿਆ ਜੀ। ਮੈਂ ਤੇ ਕਹਿੰਦੇ ਹੋਟਲ ਚਲੇ ਗਈ ਸਰ। ਇਹ ਆਪਣੇ ਮੂੰਹ ਵੀ ਮੰਨਿਆ ਸਰ, ਸੁਬਹ ਇਹਨੇ ਮੈਨੂੰ ਰਾਤ ਨੂੰ ਇਹਨੇ ਕਿਹਾ, ਕਹਿੰਦਾ ਮੈਂ ਨੀਂਦ ਦੀ ਗੋਲੀ ਤੈਨੂੰ ਤਾਂ ਦਿੱਤੀ ਸੀ ਕਿ ਤੂੰ ਸੋਚ ਗਈ ਮੇਰੇ ਨਾਲ ਲੜੇਂਗੀ ਨੀ, ਤੇ ਸੁਬਹ ਮੇਰੇ ਨਾਲ ਜੋ ਵੀ ਹੋਇਆ ਮੈਂ ਇਹਨੂੰ ਫਿਰ ਕਿਹਾ। ਇਹ ਮੇਰੇ ਨਾਲ ਉੱਥੇ ਚਲੇ ਗਿਆ, ਆਪਣੇ ਕੋਰਟ ਚਲੇ ਗਿਆ। ਕੋਰਟ ਜਾ ਕੇ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਲਿਖਾ ਦਾ ਨਾ ਵੀ 2 ਮਹੀਨੇ ਤੇਰੇ ਨਾਲ ਵਿਆਹ ਕਰਾ ਲੂੰਗਾ, ਵੀ ਮੇਰੇ ਤੋਂ ਗਲਤੀ ਹੋ ਗਈ ਜੋ ਵੀ ਮੈਂ ਰਾਤ ਕੀਤਾ, ਵੀ ਕੋਈ ਨਾ ਆਪਾਂ ਕੋਰਟ ਚਲੇ ਜਾਂਦੇ, ਕੋਰਟ ਜਾ ਕੇ ਲਿਖਾ ਲੈਂਦੇ ਹਾਂ। ਉੱਥੇ ਜਾ ਕੇ ਸਰ ਇਹਨੇ ਐਂ ਜਿਹੜਾ ਕਢਵਾਇਆ ਆਪਣਾ